ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਜਿਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ IELTS Journey 46 ਸੋ ਦੋਸਤੋ ਅੱਜ ਆਪਾਂ ਇੱਧਰ ਉੱਧਰ ਦੀ ਗੱਲਬਾਤ ਕੀਤੇ ਬਿਨਾ ਸਿੱਧਾ ਟੌਪਿਕ ਦੇ ਉੱਤੇ ਆਉਣੇ ਆ ਅੱਜ ਮੈਂ ਤੁਹਾਨੂੰ ਕੋਈ ਰੀਡਿੰਗ ਦੇ ਰਿਗਾਰਡਿੰਗ ਟਿਪਸ ਨਹੀਂ ਦਊਂਗਾ ਅੱਜ ਮੈਂ ਤੁਹਾਨੂੰ ਖੁਦ ਲਾਈਵ ਸੋਲਵ ਕਰਕੇ ਦੱਸੂਗਾ ਕਿ ਰੀਡਿੰਗ ਨੂੰ ਕਿਸ ਤਰ੍ਹਾਂ ਸੋਲਵ ਕਰ ਸਕਦੇ ਆ ਆਪਣਾ ਸਮਾਂ ਬਰਬਾਦ ਕੀਤੇ ਬਿਨਾ ਠੀਕ ਆ ਸੋ ਜਿਵੇਂ ਤੁਸੀਂ ਵੇਖ ਸਕਦੇ ਹੋ IELTS ਫਿਵਰ ਦੀ ਆਪਣੇ ਕੋਲ ਅਕੈਡੈਮਿਕ ਰੀਡਿੰਗ ਪਈ ਆ ਆਈਸਪੈਨ ਸੋ ਅੱਜ ਇਹਨੂੰ ਆਪਾਂ ਸੋਲਵ ਕਰਾਂਗੇ ਤੇ ਟਾਈਮ ਕਿਸ ਤਰ੍ਹਾਂ ਬਚਾਉਣਾ ਹੈ ਜਾਂ ਜਿਹੜੀਆਂ ਗਲਤੀਆਂ ਸਟੂਡੈਂਟ ਕਰਦੇ ਆ ਉਹਨਾਂ ਤੋਂ ਕਿਸ ਤਰ੍ਹਾਂ ਬਚਣਾ ਹੈ ਸਾਰਾ ਕੁਝ ਆਪਾਂ ਵੇਖਾਂਗੇ ਸੋ ਹਰ ਵਾਰ ਦੀ ਤਰ੍ਹਾਂ ਪਹਿਲਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬੈੱਲ ਆਈਕਨ ਤੇ ਜ਼ਰੂਰ ਕਲਿੱਕ ਕਰਿਓ ਜੇ ਵੀਡੀਓਜ਼ ਵਧੀਆ ਲੱਗਦੀਆਂ ਪਈਆਂ ਮੇਰੀਆਂ ਪਿਛਲੀਆਂ ਵੀਡੀਓਜ਼ ਵੀ ਵਧੀਆ ਨੇ ਜੇ ਇਹ ਵੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਰੀਡਿੰਗ ਸਟਾਰਟ ਕਰਦੇ ਆਂ ਸੋ ਪਹਿਲੀ ਕੁਐਸਚਨ ਟਾਈਪ ਆਪਾਂ ਦੇਖ ਲੈਨੇ ਕਿਹੜੀ ਆ ਵਿਚ ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਆ ਆ ਚੀਜ਼ ਨੂੰ ਧਿਆਨ ਨਾਲ ਨੋਟ ਕਰਿਆ ਕਰੋ ਯੂ ਮੇ ਯੂਜ਼ ਐਨੀ ਲੈਟਰ ਮੋਰ ਦਨ ਵਾਂਸ ਮਤਲਬ ਇੱਕ ਲੈਟਰ ਨੂੰ ਤੋਂ ਜ਼ਿਆਦਾ ਵਾਰੀ ਯੂਜ਼ ਕਰ ਸਕਦੇ ਇੱਕ ਤੋਂ ਜ਼ਿਆਦਾ ਵਾਰੀ ਸੋ ਹੁਣ ਕੀ ਆਪਾਂ ਇਹ ਕਰਨਾ ਆ ਆਪਾਂ ਇਹਦੇ ਵਿੱਚ ਮੇਨ ਮੇਨ ਚੀਜ਼ਾਂ ਜਿਹੜੀਆਂ ਉਹ ਉਹ ਦੇਖਣੀ ਆ ਤੇ ਫਿਰ ਆਪਾਂ ਪੈਰਾਗ੍ਰਾਫ ਦੇ ਵਿੱਚ ਲੱਭਾਂਗੇ ਕਿ ਕਿਹੜੇ ਪੈਰਾਗ੍ਰਾਫ ਦਾ ਜਿਹੜਾ ਆਨਸਰ ਹੈ ਇਨਫੋਰਮੇਸ਼ਨ ਵਿੱਚ ਦਿੱਤੀ ਹੋਈ ਆ ਵੇ ਵੈਸੇ ਇਹ ਕੁਐਸਚਨ ਟਾਈਪ ਬਹੁਤ ਈਜ਼ੀ ਹੁੰਦੀ ਆ ਬਟ ਫਿਰ ਵੀ ਬੱਚੇ ਦੇ ਆਨਸਰ ਗਲਤ ਉਰੀਪੁਰੀ ਲਾਈਨ ਨੂੰ ਸਮਝਦੇ ਆ ਜਿਹਦੇ ਨਾਲ ਆਨਸਰ ਗਲਤ ਹੋ ਜਾਂਦੇ ਹਨ ਵੇਖੋ ਚ ਮੇਨ ਮੇਨ ਚੀਜ਼ ਆਪਾਂ ਚੱਕਣੀ ਹੈ ਪਹਿਲਾਂ ਕੀ ਦਿੱਤਾ ਆਪਾਂ ਨੂੰ ਲਾਸਟ ਏਰੀਆ ਓਕੇ ਦਾ ਲਾਸਟ ਏਰੀਆ ਇਨ ਵਿੱਚ ਦਾ ਆਈਸਮੈਨ ਮਾਈਟ ਲਿਵ ਮਾਈਟ ਲਿਵ ਐਂਡ ਸਟੇ ਮਤਲਬ ਲਾਸਟ ਏਰੀਆ ਜਿੱਥੇ ਆਈਸਮੈਨ ਕੀ ਹੈ ਸ਼ਾਇਦ ਮਾਈਟ ਮਤਲਬ ਰਹਿ ਹੋਵੇ ਜਾਂ ਉਥੇ ਵੱਡਾ ਹੋ ਜਾਵੇ ਠੀਕ ਹੈ ਲਿਵ ਐਂਡ ਸਟੇ ਸੋ ਆਪਾਂ ਇਹ ਚੀਜ਼ ਲੱਭਣੀ ਓ ਦੇ ਵਿੱਚੋਂ ਠੀਕ ਹੈ ਸੋ ਆਪਾਂ ਵਰਡਸ ਦੇ ਪਿੱਛੇ ਨਹੀਂ ਭੱਜਣਾ ਵਾ ਫੇਰ ਕਹਿ ਰਿਹਾ ਲਿਵ ਸਟੇ ਇਹ ਨਹੀਂ ਕਿ ਉਹਨਾਂ ਨੇ ਸਿੱਧਾ ਤੁਹਾਨੂੰ ਲਿਵ ਤੇ ਸਟੇ ਦਿੱਤਾ ਹੋਊਗਾ ਉੱਥੇ ਤੇ ਤੁਸੀਂ ਉਹ ਵਰਡ ਮੈਚ ਕਰੋਗੇ ਤਾਂ ਆਨਸਰ ਲੱਭ ਜਾਣਾ ਹੈ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਬਿਲਕੁਲ ਸੋ ਟਰਾਈ ਟੂ ਅੰਡਰਸਟੈਂਡ ਦਾ ਜਨਰਲ ਆਈਡੀਆ ਆਫ ਦਾ ਕੁਐਸਚਨ ਸੋ ਨਾਓ ਦਿਸ ਇਜ਼ ਦਾ ਟਾਈਮ ਟੂ ਫਾਈਂਡ ਆਊਟ ਦਾ ਆਨਸਰ ओके भाई जेते तू आंसर टाइम वेस्ट ਕੀਤੇ ਬਿਨਾ ਲੱਭਣੇ ਹਨ ਥੈਨ ਇੱਕ ਚੀਜ਼ ਦਿਮਾਗ 'ਚ ਬਿਠਾ ਲਓ ਕਿ ਇਹ ਨਹੀਂ ਕਿ ਪਹਿਲੀਆਂ 3 ਲਾਈਨਾਂ ਪੜ੍ਹ ਲਈਆਂ ਤੇ ਲਾਸਟ ਵਾਲੀਆਂ 3 ਲਾਈਨਾਂ ਪੜ੍ਹ ਲਈਆਂ ਤੇ ਆਨਸਰ ਮੈਨੂੰ ਮਿਲ ਜਾਊਗਾ ਜਾਂ ਵਰਡ ਟੂ ਵਰਡ ਮੈਚ ਕਰੋਗੇ ਤੇ ਆਨਸਰ ਮਿਲ ਜਾਊਗਾ ਇੱਕ ਚੀਜ਼ ਦਿਮਾਗ 'ਚ ਰੱਖ ਲਓ ਜੇ ਕੁਐਸਚਨ ਦੇ ਵਿੱਚ ਤੁਸੀਂ ਕੀਵਰਡਸ ਨੂੰ ਪੰਜਾਬੀ ਦੇ ਵਿੱਚ ਦਿਮਾਗ 'ਚ ਬਿਠਾ ਲਿਆ ਜਾਂ ਜੇ ਤੁਸੀਂ ਹਿੰਦੀ ਦੇ ਵਿੱਚ ਕੰਫਰਟੇਬਲ ਜੇ ਉਹ ਦਿਮਾਗ 'ਚ ਬਿਠਾ ਲਿਆ ਥੈਨ ਆਨਸਰ ਤੁਹਾਨੂੰ ਮਿੰਟੋ ਮਿੰਟ ਲੱਭਣਗੇ ਜਿਸ ਤਰ੍ਹਾਂ ਹੁਣ ਆਪਾਂ ਸਟਾਰਟਿੰਗ 'ਚ ਲੱਭਦੇ ਹਾਂ ਦਾ ਆਬਜੈਕਟ ਆਫ ਦਾ ਆਬਜੈਕਟ ਆਫ ਮਤਲਬ ਸਪੀਡ 'ਚ ਪੜਨਾ ਥੋੜਾ ਜਿਆ ਤੇ ਧਿਆਨ ਆਪਣਾ ਕਿਤੇ ਹੋਣਾ ਚਾਹੀਦਾ ਆਪਣੇ ਕੀਵਰਡ ਦਿਮਾਗ 'ਚ ਹੋਣੇ ਚਾਹੀਦੇ ਆ ਠੀਕ ਆ ਹਾਈ ਟੈਕ ਚੈਂਬਰ ਇਨ ਦਾ ਸਾਊਥ ਟਾਇਰਨ ਮਿਊਜ਼ੀਅਮ ਆਫ ਆਰਕੀਓਲੋਜੀ ਇਨ ਬੋਲਜ਼ਾਨੋ ਇਟਲੀ ਦਾ ਟੈਂਪਟੇਸ਼ਨ ਆਫ ਕੰਡਕਟਰ ਨੂੰ ਵੇਖੋ ਇੱਥੇ ਮੈਨੂੰ ਕੋਈ ਵੀ ਇਨਫੋਰਮੇਸ਼ਨ ਮੇ ਰਿਲੇਟਡ ਨਹੀਂ ਮਿਲਦੀ ਪਈ ਥੈਨ ਮੈਂ ਥੋੜਾ ਨੂੰ ਸਪੀਡ ਅਪ ਕਰਕੇ ਪੜਨਾ ਸ਼ੁਰੂ ਕਰੂੰਗਾ ਯੂਜ਼ਿੰਗ ਅ ਸੋਫਿਸਟੀਕੇਟਿਡ ਐਨਾਲਿਸਿਸ ਆਫ ਆਈਸੋਟੋਪ ਆਫ ਵਨ ਆਫ ਦਾ ਆਈਸਮੈਨ ਥੀਜ਼ ਫਾਰ ਐਗਜ਼ਾਮਪਲ ਸਾਇੰਟਿਸਟਸ ਲੀਡ ਬਾਈ ਵੋਫਗੈਂਕ ਹੀ ਪ੍ਰੋਬਾਬਲੀ ਕਹਿੰਦੇ ਸ਼ਾਇਦ ਗਰੋ ਅਪ ਗਰੋ ਅਪ ਮਤਲਬ ਕੀ ਹੁੰਦਾ ਜਿੱਥੇ ਮਤਲਬ ਆਪਾਂ ਗਰੋ ਅਪ ਹੁੰਨੇ ਆ ਜਾਂ ਗਰੋ ਅਪ ਹੁੰਨੇ ਆ ਜਿਸ ਤੇ ਆਪ ਵੱਡੇ ਹੋਏ ਹੋਏ ਹਈਏ ਠੀਕ ਹੈ ਜੇ ਆਪਾਂ ਕਹਿ ਦੇਣਾ ਕਿ ਲਾਈਕ ਆਈ ਲਿਵ ਇਨ ਤਰਨਦਾਰਨ ਐਂਡ ਆਈ ਗਰੋ ਅਪ ਹੇਅਰ ਮਤਲਬ ਕਿ ਮੈਂ ਇੱਥੇ ਵੱਡਾ ਹੋਇਆ ਠੀਕ ਹੈ ਇਨ ਦਾ ਅ ਅਗੇ ਕੀ ਦਿੱਤਾ ਹੁਣ ਵੇਖੋ ਇੱਥੇ ਆਪਾਂ ਨੂੰ ਉਹ ਲੋਕੇਸ਼ਨ ਲੱਭ ਗਈ ਗਰੋ ਅਪ ਮਤਲਬ ਜੇ ਮੈਂ ਦਾ ਦਿਮਾਗ 'ਚ ਰੱਖ ਲਾਉਣ ਵੇਖੋ ਵਰਡ ਤਾਂ ਸਹੀਮ ਨਹੀਂ ਨਾ ਦਿੱਤਾ ਸੋ ਇਥੇ ਉਹਦਾ ਉਹਨਾਂ ਨੇ ਸਨੋਨੀਅਮ ਦੇ ਦਿੱਤਾ ਸੋ ਆਪਾਂ ਨੂੰ ਇਸ ਚੀਜ਼ ਤੋਂ ਅੰਡਰਸਟੈਂਡ ਕਰਨਾ ਪੈਣਾ ਉਸ ਤੋਂ ਬਾਅਦ ਜੇ ਮੈਂ ਅਗਲੀਆਂ ਤਿੰਨ ਚਾਰ ਲਾਈਨਾਂ ਵੀ ਪੜਾਂ ਤੇ ਉਹਨਾਂ ਵਿੱਚ ਸੇਮ ਇਹੋ ਗੱਲ ਕੀਤੀ ਲਾਸਟ ਜਗ੍ਹਾ ਨੇ ਗੱਲ ਕੀਤੀ ਦਾ ਆਈਸਮੈਨ ਪ੍ਰੋਬਬਲੀ ਸੈਟ ਆਫ ਔਨ ਹਿਸ ਫਾਈਨਲ ਜਰਨੀ ਫਰੋਮ ਥਿਸ ਵੈਰੀ ਏਰੀਆ ਵੇਖੋ ਏਰੀਆ ਦੀ ਗੱਲ ਵੀ ਆ ਗਈ ਇੱਥੇ ਨੀਅਰ ਵੇਅਰ ਦਾ ਮਾਡਰਨ ਡੇ ਐਂਡ ਸਿਨੇਲਸ ਰਿਵਰ ਮੀਟਸ ਕਿ ਜਿੱਥੇ ਇਹ ਦੋ ਨਦੀਆਂ ਮਿਲਦੀਆਂ ਵਾਂ ਉੱਥੇ ਆਈਸਮੈਨ ਉਹ ਕਹਿੰਦੇ ਸ਼ਾਇਦ ਜਿਹੜਾ ਸੈਟ ਆਫ ਹਿਸ ਫਾਈਨਲ ਜਰਨੀ ਫਾਈਨਲ ਜਰਨੀ ਮਤਲਬ ਕੀ ਆਪਾਂ ਠੀਕ ਆ ਸੋ ਆਪਾਂ ਨੂੰ ਏਰੀਆ ਦੀ ਗੱਲ ਵੀ ਪਤਾ ਲੱਗ ਗਈ ਤੇ ਜਿੱਥੇ ਉਹ ਵੱਡਾ ਆ ਉਹ ਵੀ ਪਤਾ ਲੱਗ ਗਿਆ ਸੋ ਆਨਸਰ ਕੀ ਹੋਊਗਾ ਫਿਰ ਮੇਰਾ ਆਨਸਰ ਹੋਊਗਾ ਮੇਰਾ ਕਰੈਕਟ ਆਨਸਰ ਹੋਊਗਾ ਇਹਦਾ E ਸੋ ਆਪਾਂ ਇਹਦੇ ਫਰਸਟ ਕੁਐਸਚਨ ਦਾ ਆਨਸਰ ਕੀ ਹੈ ਫਰਸਟ ਕੁਐਸਚਨ ਦਾ ਆਨਸਰ ਆਪਾਂ ਲਾਵਾਂਗੇ E E ਇਜ਼ ਦਾ ਕਰੈਕਟ ਆਨਸਰ ਹੁਣ ਸੈਕਿੰਡ ਆਪਾਂ ਇਸੇ ਤਰੀਕੇ ਨਾਲ ਵੇਖਾਂਗੇ a mass of special plant was discovered and used to analyze the iceman movements vekho oh kenda hun ek special plant di gall kiti hugi kende jehda discover kita gaya va te oh ode layi use kita gaya ki analysis karn vaste iceman diyan jehdiyan movements ya hun vekho ehde vich apa ki ki labhna special plants jehda discover ho aya va te onu use kita gaya ki kehdi cheez nu analyze karna vaste iceman di movements nu hun apa eh cheez nu dhyan ch rakh ke second question karde ha ਸੋ ਉਹ ਆਪਾਂ ਦਿਮਾਗ ਦੇ ਵਿੱਚ ਉਹਨਾਂ ਵਰਡ ਰੱਖ ਲੈਣੇ ਆ ਜੋ प्लांट्स ਦੀ ਗੱਲ ਕੀਤੀ ਡਿਸਕਵਰ ਹੋਇਆ ਤੇ ਉਹਦੇ ਆਈਸਮੈਨ ਦੀ ਜਿਹੜੀ ਮੂਵਮੈਂਟਸ ਦੀ ਗੱਲ ਕੀਤੀ ਉਹ ਐਨਾਲਿਸਿਸ ਕਰਨ ਵਾਸਤੇ ਠੀਕ ਹੈ ਹੁਣ ਆਪਾਂ ਸਟਾਰਟਿੰਗ ਤੋਂ ਪੜ੍ਹਦੇ ਆ ਆਰਕੀਓ ਬੋਟਨਿਸਟ ਇਹ ਹੁੰਦੇ ਆ ਜਿਹੜੇ ਪੁਰਾਣੇ ਵਿਗਿਆਨੀ ਜਿਹਨੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਹੈਵ ਯੂਜ਼ਡ ਇਕੁਅਲੀ ਕਲੇਵਰ ਅਨਾਲਿਸਿਸ ਆਫ ਪੋਲਨ ਐਂਡ ਪlant ਫ੍ਰੈਗਮੈਂਟ ਉਹਨ ਵੇਖੋ ਤੇ ਆਪਾਂ ਨੂੰ ਪlant ਪਹਿਲੀ ਲਾਈਨ ਚ ਲੱਗ ਗਿਆ ਹੁਣ ਇਹ ਵੀ ਨਹੀਂ ਹੈ ਕਈ ਬੱਚੇ ਵਰਡ ਵਰਡ ਮੈਚ ਕਰਕੇ ਹੁਣ ਜੇ ਮੰਨ ਲਓ ਤੁਹਾਨੂੰ ਇੱਥੇ ਪlant ਵਰਡ ਲੱਗ ਗਿਆ ਤੁਸੀਂ ਸੋਚੋ ਇਹੀ ਮੇਰਾ ਆਨਸਰ ਹੈ ਇੱਕ ਲਾਈਨ ਪੜ੍ਹ ਕੇ ਇਸ ਤਰ੍ਹਾਂ ਨਹੀਂ ਜੀ ਹੁੰਦਾ ਇਸ ਤਰ੍ਹਾਂ ਵੀ ਆਨਸਰ ਗਲਤ ਹੋ ਜਾਂਦੇ ਆ ਆਪਾਂ ਕੀ ਆਪਾਂ ਦੂਸਰਾ ਜਿਹੜਾ ਕੁਐਸਚਨ ਦਾ ਜਿਹੜਾ ਸੈਕੰਡ ਪੋਰਸ਼ਨ ਹੁੰਦਾ ਜਿਵੇਂ ਉਹਦੇ ਵਿੱਚ ਮੂਵਮੈਂਟਸ ਦੀ ਗੱਲ ਕੀਤੀ ਆ ਉਹ ਜੇ ਉਹਦੀ ਗੱਲ ਹੀ ਨਾ ਕੀਤੀ ਹੋਗੀ ਐਨਲਾਈਜ਼ ਕਰਨ ਬਾਰੇ ਤੇ ਫਿਰ ਆਪਣਾ ਆਨਸਰ ਹੀ ਨਹੀਂ ਹੋਊਗਾ ਇਸ ਕਰਕੇ ਵਰ ਟੂ ਵਰਡ ਮੈਚ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਸੋ ਪਲਾਂਟ ਫ੍ਰੈਗਮੈਂਟ ਟੂ ਪਲੋਟ ਦਾ ਆਈਸਮੈਨਸ ਲਾਸਟ ਮੂਵਮੈਂਟਸ ਵੇਖੋ ਦੀ ਗੱਲ ਆ ਗਈ ਜੇਮਸ ਡਿਕਸਨ ਆਫ ਦਾ ਯੂਨੀਵਰਸਿਟੀ ਆਫ ਗਲਾਸਕੋ ਹੈਜ਼ ਆਇਡੈਂਟੀਫਾਈਡ ਨੋ ਲੈਸ ਥੈਨ 80 ਡਿਸਟਿੰਕਟ ਸਪੀਸੀਜ਼ ਆਫ ਮੋਸਸ ਐਂਡ ਲਿਵਰ ਲਿਵਰ ਵਰਡਸ ਇਨ ਮਤਲਬ ਉਹਦੇ ਵਿੱਚ ਉਹਦੇ ਉੱਪਰ ਤੇ ਉਹਦੇ ਨੇੜੇ ਕਿਹਦੇ ਆਈਸਮੈਨਸ ਦੀ ਬੋਡੀ ਲੱਗੇ ਆਈਸਮੈਨਸ ਬੋਡੀ ਵੇਖੋ ਦੇਖਿਆ ਨਾ ਮਤਲਬ ਕਿ ਉਹਨਾਂ ਨੇ ਆਇਡੈਂਟੀਫਾਈ ਕੀਤਾ ਵਾ 80 ਤਰ੍ਹਾਂ ਦੀਆਂ ਡਿਫਰੈਂਟ ਪਰਜਾਤੀਆਂ ਉਹਦੇ ਅੰਦਰ ਉਹਦੇ ਉੱਪਰ ਤੇ ਉਹਦੇ ਨੇੜੇ ਉਹ ਕਿਹਦੇ ਉਹ ਆਈਸਮੈਨਸ ਦੀ ਬੋਡੀ ਲੱਗੋ ਠੀਕ ਹੈ ਦਾ ਮੋਸਟ ਪਰ ਬਟ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਗੱਲ ਕਰਦਾ ਪਿਓ ਆ ਨੈਕਰਾ ਕੰਪਲੈਂਟ ਆ ਇਹ ਪlant ਦਾ ਨਾਮ ਸਟਿਲ ਗਰੋਸ ਐਟ ਸੈਵਰਲ ਸਾਈਟਸ ਇਨ ਦਾ ਵੈਲੀਜ਼ ਟੂ ਦਾ ਸਾਊਥ ਇਨ ਸਮ ਕੇਸਿਸ ਕੁਆਇਟ ਨੀਅਰ ਉਹ ਚੀਜ਼ ਬਾਰੇ ਸਾਰੀ ਗੱਲ ਕੀਤੀ ਗਈ ਹੈ ਪਲੈਂਟਸ ਬਾਰੇ ਤੇ ਦੋਸਤੋ ਅਗਲੇ ਲਿਖਿਆ ਹੋਆ ਅਕੋਰਡਿੰਗ ਟੂ ਦਾ ਡਿਕਸ਼ਨ ਅ ਕਲਾਟ ਆਫ ਸਟੈਮ ਫਾਊਂਡ ਇਨ ਦਾ ਆਈਸਮੈਨਸ ਪੋਜੈਸ਼ਨ ਪੋਜੈਸ਼ਨ ਸਜੈਸਟ ਹੀ ਵਾਸ ਪ੍ਰੋਬਬਲੀ ਯੂਜ਼ਿੰਗ ਦਾ ਬਸ ਹੂ ਕੈਨ ਡੇ ਮੁੰਨੇਸ ਜਸਟ ਕੀਤਾ ਕਿ ਸ਼ਾਇਦ ਉਹ ਜਿਹੜਾ ਵਾ ਇਹਦਾ ਯੂਜ਼ ਕਰ ਰਿਆ ਹੋ ਸਕਦਾ ਵਾ ਫੂਰ ਨੂੰ ਰੈਪ ਕਰਨ ਵਾਸਤੇ ਮਤਲਬ ਜਿਹਨੂੰ ਆਪਾਂ ਲਵਟ ਲਈ ਯੂਜ਼ ਕਰ ਸਕਦੇ ਆ ਆਲਥੋ ਅਦਰ ਕਹਿੰਦੇ ਜਿਹੜੇ ਦੂਸਰੇ ਲੋਕ ਹੈ ਜਿਹੜੇ ਉਹ ਯੂਜ਼ਡ ਕਰਦੇ ਸੀ ਮੋਸਸ ਨੂੰ ਐਜ਼ ਅ ਟਾਇਲਟ ਪੇਪਰ ਹੁਣ ਵੇਖੋ ਇਹਦੇ ਵਿੱਚ ਸਾਰੀ ਆਪਾਂ ਨੂੰ ਇਹ ਕਲੀਅਰ ਗੱਲ ਇਹ ਤੋਂ ਸਾਫ ਪਤਾ ਲੱਗਦੀ ਆ ਕਿ ਉਹ ਅਨਾਲਿਸਿਸ ਕੀਤਾ ਗਿਆ ਉਹ ਸਾਰਾ ਉਹਦਾ ਪਲਾਂਟਸ ਦਾ ਮਤਲਬ ਕਿ ਉਹਦੇ ਮੂਵਮੈਂਟਸ ਨੂੰ ਐਨਾਲਿਸਿਸ ਕਰਨ ਵਾਸਤੇ ਤੇ ਕਿੰਨੀਆਂ ਪ੍ਰਜਾਤੀਆਂ ਪਾਈਆਂ ਗਈਆਂ ਉਹ ਤਾਂ ਸਭ ਤੋਂ ਇੰਪੋਰਟੈਂਟ ਕਿਹੜੀ ਆ ਸਾਰੀ ਇਸੇ ਪੈਰਾਗ੍ਰਾਫ ਦੇ ਵਿੱਚ ਗੱਲ ਹੋਈ ਆ ਸੋ ਆਪਣਾ ਇਹਦਾ ਜਿਹੜਾ ਸੈਕਿੰਡ ਦਾ ਕਰੈਕਟ ਆਨਸਰ ਕੀ ਹੋਊਗਾ ਉਹ ਹੋਊਗਾ ਆਪਣਾ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਇੱਥੇ ਮੈਂ ਮੈਂਸ਼ਨ ਕੀਤਾ ਜੀ ਇਸੇ ਤਰ੍ਹਾਂ ਆਪਾਂ ਥਰਡ ਹੁਣ ਲੱਭਦੇ ਆਨਸਰ ਦਾ ਅ ਸਾਇੰਸ ਸਾਇੰਟਿਸਟ ਐਨਾਲਾਈਜ਼ਸ ਦਾ ਆਈਸਮੈਨ ਲਾਸਟ ਹਾਈਕ ਡਿਪੈਂਡੈਂਟ ਡਿਪੈਂਡਿੰਗ ਔਨ ਪੋਲਨ ਅਸ ਸਾਇੰਟਿਸਟ ਮਤਲਬ ਹੁਣ ਸਾਇੰਟਿਸਟ ਦੀ ਗੱਲ ਹੋਊਗੀ ਜਿਨੇ ਜਿਨੇ ਅਨਲਿਸਿਸ ਕੀਤਾ ਵਾ ਆਈਸਮੈਨਸ ਦੀ ਜਿਹੜੀ ਲਾਸਟ ਹਾਈਕ ਆ ਕਿਹਦੇ ਤੇ ਡਿਪੈਂਡੈਂਟ ਜਿਹੜੀ ਉਹ ਪੋਲਨ ਤੇ ਹੁਣ ਆਪਾਂ ਸਾਇੰਟਿਸਟ ਵੇਖਣਾ ਵਾ ਕਿ ਕਿੱਥੇ ਸਾਇੰਟਿਸਟ ਨੇ ਅਨਲਾਈਜ਼ ਕੀਤਾ ਵਾ ਆਈਸਮੈਨਸ ਦੀ ਲਾਸਟ ਹਾਈਕ ਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਹੁਣ ਆਪਾਂ ਇਹਦਾ ਆਨਸਰ ਲੱਭਦੇ ਆ ਸੋ ਇਸ ਤਰ੍ਹਾਂ ਜੇਕਰ ਤੁਸੀਂ ਕੁਐਸਚਨ ਤੇ ਜ਼ਿਆਦਾ ਫੋਕਸ ਰੱਖ ਕੇ ਆਪਣੇ ਆਨਸਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਦੈਨ ਆਨਸਰ ਤੁਹਾਨੂੰ ਲੱਭ ਜਾਂਦੇ ਆ ਤੇ ਤੁਸੀਂ confuse ਨਹੀਂ ਹੁੰਦੇ ਹੁਣ ਕਈ ਬੱਚੇ ਕਹਿੰਦੇ ਆ ਨਾ ਕਿ ਸਰ ਉਹ ਸੇਮ ਵਰਡ ਮੈਨੋਚੂ ਹੀ ਲੱਭਣ ਦਿਆ ਸਾਰਿਆਂ ਚ ਆਈਸਮੈਨ ਦੀ ਗੱਲ ਕੀਤੀ ਆ ਜੇਕਰ ਤੁਸੀਂ ਆ ਨਾਲ ਵਾਲੀ ਇਨਫੋਰਮੇਸ਼ਨ ਨੂੰ ਮਿਸ ਆਊਟ ਨਾ ਕਰੋ ਦੈਨ ਤੁਹਾਨੂੰ ਤੁਹਾਡੇ ਆਨਸਰ ਜਿਹੜੇ ਆ ਉਹ ਲੱਭ ਜਾਣਗੇ ਸੋ ਜਿਵੇਂ ਕਿ ਆਪਾਂ ਹੋਣੇ ਪੜ੍ਹ ਕੇ ੜਿਆ ਕਿ ਆਪਾਂ ਲੱਭਣਾ ਕੀ ਕੀ ਆ ਕਿ ਸਾਇੰਟਿਸਟ ਨੇ ਐਨਾਲਾਈਜ਼ ਕੀਤਾ ਹੋਵੇ ਉਹਦੀ ਲਾਸਟ ਹਾਈਕ ਨੂੰ ਡਿਪੈਂਡਿੰਗ ਔਨ ਪੋਲਨ ਤੇ ਠੀਕ ਹੈ ਤੋਂ ਆਪਾਂ ਵੇਖਾਂਗੇ ਇਸ ਪੈਰਾਗ੍ਰਾਫ ਦੇ ਵਿੱਚ ਸੋ ਸਟਾਰਟਿੰਗ ਇਹਦੀ ਇੱਥੇ ਹੁੰਦੀ ਆ ਜਿੱਥੇ ਲਿਖਿਆ ਵਾ ਲਾਸਟ ਹਾਈਕ ਮਤਲਬ ਕਿ ਉਹਨੇ ਜ਼ਿੰਦਗੀ ਦੀ ਜਿਹੜੀ ਆਪਣੀ ਲਾਸਟ ਹਾਈ ठीक तो है तो उनो चीजों दिमाग रख के मैं पैराग्राफ जल्दी-जल्दी पढ़ना है देखो लिखा कि आई टेकन टुगेदर द एविडेंस स्ट्रांगली इंडिकेट्स दैट आइसमैन लास्ट जर्नी देखो लास्ट जर्नी तो स्टार्ट होगी बिगिन इन बिगिन इन द लो एल्टीट्यूड्स टू द साउथ इन द स्प्रिंग टाइम व्हेन द हॉप हॉर्बेन्स वर इन ब्लूम बट इट मे नॉट हैव बीन अ स्ट्रेट हाइक इनटू द माउंटेंस ओके ओएगल ਹੈਜ਼ ਆਲਸੋ ਫਾਊਂਡ ਟ੍ਰੇਸਸ ਆਫ ਪਾਈਨ ਪੋਲਨ ਹੁਣ ਦੇਖੋ ਆਪਾਂ ਨੂੰ ਕੀ ਲੱਭਦਾ ਪਿਆ ਇੱਥੇ ਉੱਪਰ ਸਟੇਟ ਹਾਈਕ ਦੀ ਗੱਲ ਵੀ ਆ ਗਈ ਪਾਈਨ ਪੋਲਨ ਦੀ ਗੱਲ ਵੀ ਆ ਗਈ ਇਨ ਦਾ ਆਈਸਮੈਨ ਡਾਈਜੈਸਟਿਵ ਟ੍ਰੇਟ ਬੋਥ ਅਬਵ ਐਂਡ ਬਿਲੋ ਦਾ ਹੌਨ ਬੀਮ ਪੋਲਨ ਓਕੇ ਥਿਸ ਸਜੈਸਟ ਥੈਟ ਹੀ ਮੇ ਮਤਲਬ ਹੁਣ ਦੱਸਣ ਲੱਪਿਆ ਅੱਗੇ ਕਿ ਉਹ ਚੀਜ਼ ਸਜੈਸਟ ਕਰਦਾ ਕਿ ਸ਼ਾਇਦ ਉਹਨੇ ਜਿਹੜਾ ਕਲਾਈਮ ਮਤਲਬ ਕਿ ਜੰਪ ਕੀਤਾ ਵੇ ਟੂ ਅ ਹਾਇਰ ਐਲਟੀਟਿਊਡ ਵੇਅਰ ਪਾਈਨ ਟ੍ਰੀਜ਼ ਗਰੋ ਇਨ ਦਾ ਮਿਕਸਡ ਕੋਨੀਫਰਸ ਫੋਰੈਸਟ then descended to the lower altitude of the hop horn beans and finally ascended again into the pine forest in his last day or two vekho ਹੁਣ ਇੱਥੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਹੈ ਉਹ ਸਾਰੀ ਪੈਰਾਗ੍ਰਾਫ ਵਿੱਚ ਹਾਈਕ ਦੀ ਗੱਲ ਵੀ ਆ ਗਈ ਸਟਾਰਟਿੰਗ ਦੇ ਉਹਨੇ ਪਹਿਲੀ ਲਾਈਨ ਦੇ ਵਿੱਚ ਇੱਥੇ ਆਪਾਂ ਨੂੰ ਦੱਸ ਦਿੱਤਾ ਸੀਗਾ ਕਿ ਲਾਸਟ ਜਰਨੀ ਠੀਕ ਹੈ ਸੋ ਸਾਰੇ ਕੀ ਆਪਾਂ ਨੂੰ ਸਿਨੋਨੀਮ ਦੱਸਦਾ ਪਿਆ ਇੱਥੇ ਉਹ ਸੋ ਇਸ ਕਰਕੇ ਆਪਣਾ ਆਨਸਰ ਹੋਊਗਾ ਜਿਹੜਾ ਇਹਦਾ ਕਰੈਕਟ ਆਨਸਰ ਵੇਖੋ ਨੇ ਤਿੰਨੇ ਚੀਜ਼ਾਂ ਆਪਾਂ ਨੂੰ ਇਹਦੇ ਵਿੱਚ ਮਿਲਦੀਆਂ ਪਈਆਂ ਨਾ ਮੇਰੇ ਕੋਲ ਜਿਹੜਾ ਮੈਂ ਦਿਮਾਗ 'ਚ ਰੱਖਿਆ ਸੀਗਾ ਕਿ ਐਨਾਲਾਈਜ਼ ਕੀਤਾ ਉਹਨੇ ਕਿਤੇ ਪੋਲਨ ਤੇ ਤੇ ਉਹਦੀ ਲਾਸਟ ਹਾਈਕ ਨੂੰ ਜਿਹੜਾ ਉਹਨੇ ਐਨਾਲਿਸਿਸ ਕੀਤਾ ਕਿ ਕਿਹੜੀ ਚੀਜ਼ ਨੂੰ ਲੈ ਕੇ ਡਿਪੈਂਡਿੰਗ ਦੇਤੇ ਹੋ ਕੇ ਪੋਲਨ ਤੇ ਹੋ ਕੇ ਠੀਕ ਹੈ ਸੋ ਆਪਾਂ ਨੂੰ ਇੱਥੇ ਚੀਜ਼ ਲੱਭਦੀ ਪਈ ਹੈ ਸੋ ਤਿੰਨੇ ਚੀਜ਼ ਆਪਾਂ ਨੂੰ ਇਹਦੇ ਵਿੱਚ ਮਿਲਦੀਆਂ ਪਈਆਂ ਵਾ ਸੋ ਦੈਟਸ ਵਾਈ ਆਰ ਕਰੈਕਟ ਆਨਸਰ ਇਜ਼ 3rd ਦਾ H ਸੋ ਇਸ ਤਰ੍ਹਾਂ ਤੁਸੀਂ ਆਪਣੀ ਰੀਡਿੰਗ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਕੁਐਸਚਨ ਨੂੰ ਅੰਡਰਸਟੈਂਡ ਕਰਕੇ ਆਪਣਾ ਆਨਸਰ ਜਿਹੜਾ ਉਹ ਠੀਕ ਕਰ ਸਕਦੇ ਜੀ ਸੋ ਅਗਲੇ ਜਿਹੜੇ ਚੌਥਾ ਤੇ ਪੰਜਵਾਂ ਜਿਹੜਾ ਕੁਐਸਚਨ ਆ ਇਹ ਤੁਸੀਂ ਸੋਲਵ ਕਰਕੇ ਇਹਦਾ ਮੈਨੂੰ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਜੇ ਇਸ ਤਰ੍ਹਾਂ ਤੁਸੀਂ ਲੱਭੋਗੇ ਤੁਹਾਡੇ ਆਨਸਰ ਬਿਲਕੁਲ ਠੀਕ ਹੋਣਗੇ ਤੇ ਦਿਮਾਗ ਤੇ ਜ਼ਿਆਦਾ ਸਟ्रेस ਨਾ ਲਿਆ ਕਰੋ ਸੋ ਇਸੇ ਤਰ੍ਹਾਂ ਤੁਸੀਂ ਪੰਜਵੇਂ ਦਾ ਆਨਸਰ ਵੀ ਲੱਭਣਾ ਹੈ ਕਿਹੜੀਆਂ ਚੀਜ਼ਾਂ ਨੂੰ ਅੰਡਰਲਾਈਨ ਕਰਕੇ ਬਿਫੋਰ ਹਿਸ ਡੈਥ ਆਈਸਮੈਨਸ ਬੋਡੀ ਹੈਡ ਬੀਨ ਆਊਟ ਆਫ ਕੰਡੀਸ਼ਨ ਫਾਰ ਮੰਥਸ ਇਹਨਾਂ ਚੀਜ਼ਾਂ ਨੂੰ ਦਿਮਾਗ 'ਚ ਰੱਖ ਕੇ ਤੁਸੀਂ ਇਹਦਾ ਆਨਸਰ ਲੱਭਣਾ ਤੇ ਇਹਦਾ ਆਨਸਰ ਮੈਨੂੰ ਦੱਸਣਾ ਜ਼ਰੂਰ ਦੇ ਐਜ਼ ਅ ਹੋਮਵਰਕ ਸਮਝ ਲਿਓ ਠੀਕ ਹੈ ਸੋ ਇਸੇ ਤਰ੍ਹਾਂ ਮੈਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਇੰਪੋਰਟੈਂਟ ਵੀਡੀਓਜ਼ ਉਹ ਪਾਉਣਾ ਰਹਿਣਾ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਬਾਕਸ 'ਚ ਇਹਦੇ ਆਨਸਰ ਲੱਭ ਕੇ ਜ਼ਰੂਰ ਦੱਸਿਓ ਗੂਗਲ ਤੇ ਜਾਓਗੇ ਸਿੰਪਲ ਲਿਖੋਗੇ ਆਈਸ ਮੈਨ ਰੀਡਿੰਗ ਉਹ ਤੁਹਾਨੂੰ ਲੱਭ ਜੂਗੀ ਉੱਥੋਂ ਤੁਸੀਂ ਪ੍ਰਿੰਟ ਆਊਟ ਕਰਕੇ ਇਹਨੂੰ ਐਜ਼ ਅ ਹੋਮਵਰਕ ਲੈ ਕੇ ਇਹਨੂੰ ਸੋਲਵ ਕਰਕੇ ਦੇਖੋ ਤੁਹਾਡੇ ਆਨਸਰ ਠੀਕ ਹੋਣੇ ਸ਼ੁਰੂ ਹੋ ਜਾਣਗੇ ਮੈਂ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਦੈਨ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ